ਨੰਗਲ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਲਈ ਵੱਡੀ ਖੁਸ਼ੀ ਦੀ ਖਬਰ ਹੈ ਕਿ ਸਥਾਨਕ ਬੀਬੀਐਮਬੀ ਵਿਖੇ ਆਕਸੀਜਨ ਦਾ ਪਲਾਂਟ ਜੋ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ ਸੀ ਉਸ ਨੂੰ ਅੱਜ ਆਰਮੀ ਅਤੇ ਤਕਨੀਕੀ ਮਾਹਿਰਾਂ ਦੀ ਸਹਾਇਤਾ ਦੇ ਨਾਲ ਮੁੜ ਤੋਂ ਚਾਲੂ ਕਰ ਲਿਆ ਗਿਆ ਹੈ ਦੱਸਦੀ ਕਿ ਇਹ ਪਲਾਂਟ ਸਥਾਨਕ ਬੀਬੀਐਮਬੀ ਹਸਪਤਾਲ ਵਿਖੇ 1953 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਤੇ ਉਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਦੋ ਆਕਸੀਜਨ ਪਲਾਂਟ ਹੀ ਸਥਾਪਿਤ ਕੀਤੇ ਗਏ ਸਨ ਸਮੇਂ ਦੇ ਨਾਲ ਘਟਦੀ ਹੋਈ ਮੰਗ ਨੂੰ ਵੇਖਦਿਆਂ ਹੋਇਆ 2011 ਦੇ ਵਿੱਚ ਇਸ ਪਲਾਨ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਆਪ ਦਾ ਸਮੇਂ ਆਕਸੀਜਨ ਦੀ ਮੁਰ ਤੋਂ ਵਧੀ ਮੰਗ ਦੇ ਕਾਰਨ ਇਸ ਨੂੰ ਦੁਬਾਰਾ ਤੋਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਤਕਨੀਕੀ ਖਰਾਬੀ ਕਾਰਨ ਇਹ ਬੰਦ ਹੋ ਗਿਆ ਸੀ ਜਿਸ ਨੂੰ ਮੁੜ ਆਰਮੀਏ ਤੇ ਤਕਨੀਕੀ ਮਾਹਰਾਂ ਦੀ ਸਹਾਇਤਾ ਦੇ ਨਾਲ ਸ਼ੁਰੂ ਕਰ ਲਿਆ ਗਿਆ ਹੈ ਇਸ ਆਕਸੀਜਨ ਪਲਾਨਟ ਵਿੱਚ ਇੱਕ ਦਿਨ ਦੇ ਵਿੱਚ 100 ਸਿਲੰਡਰ ਭਰਨ ਦੀ ਸਮਰੱਥਾ ਹੈ ਅੱਜ ਰੂਪਨਗਰ ਜ਼ਿਲ੍ਹੇ ਦੇ ਡੀਸੀ ਮੈਡਮ ਵੱਲੋਂ ਵੀ ਇਸ ਆਕਸੀਜਨ ਪਲਾਂਟ ਦਾ ਦੌਰਾ ਕੀਤਾ ਗਿਆ ਤੇ ਉਹਨਾਂ ਇਸ ਪਲਾਂਟ ਦੇ ਚੱਲਣ ਉੱਤੇ ਖੁਸ਼ੀ ਪ੍ਰਗਟਾਈ ਜੇਕਰ ਇਹ ਆਕਸੀਜਨ ਪਲਾਂਟ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਲਾਕੇ ਵਾਸਤੇ ਵੱਡਾ ਵਰਦਾਨ ਸਾਬਤ ਹੋਵੇਗਾ ਪੰਜਾਬ ਟੀਵੀ ਲਈ ਅਵਨਾਸ਼ ਸ਼ਰਮਾ ਦੇ ਨਾਲ ਰਕੇਸ਼ ਰਾਣਾ ਦੀ ਰਿਪੋਰਟ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪਿਛਲੇ ਦਿਨਾਂ ਦੀ ਬੀਬੀ ਐਮਬੀ ਦੀ ਮਿਹਨਤ ਮੈਂਬਰ ਪਾਰਲੀਮੈਂਟ ਮਨੀਸ਼ ਤਵਾੜੀ ਜੀ ਦੀ ਦਖਲ ਨਾਲ ਅੱਜ ਜਿਹੜਾ ਪਿਛਲੇ ਕਰੀਬ 50 ਸਾਲ ਤੋਂ ਆਕਸੀਜਨ ਪਲਾਂਟ ਬੰਦ ਪਿਆ ਸੀ ਬੀਬੀਐਮਬੀ ਚ ਉਹ ਚੱਲ ਪਿਆ ਚਾਲੂ ਹੋ ਗਿਆ ਹੁਣ ਸਾਡਾ ਅਗਲਾ ਕਦਮ ਹੋਏਗਾ ਕਿ ਪੀਐਸਸੀਐਲ ਦਾ ਜਿਹੜਾ ਪਲਾਂਟ ਹੈ ਉਹਨੂੰ ਸੇਵਲਰ ਸਟਾਰਜੇ ਲਾਵਾਂਗੇ ਕਿ ਦੋਏ ਪਲਾਂਟ ਲੱਗਣ ਨਾਲ ਸਾਨੂੰ ਆਸ ਹੈ ਕਿ ਸਾਡੇ ਜ਼ਿਲ੍ਹੇ ਦੀ ਆਕਸੀਜਨ ਦੀ ਜਿਹੜੀ ਕਮੀ ਹੈ ਉਹ ਦੂਰ ਹੋ ਜਾਏਗੀ। ਔਰ ਅਸੀਂ ਆਕਸੀਜਨ ਦੇ ਮਾਮਲੇ 'ਚ ਆਤਮ ਨਿਰਭਰ ਹੋ ਜਾਈਏ।